ਜੀ ਪਿਆਰੇ ਦੋਸਤੋ, ਅਸਲਾਮ ਅਲੈਕੁਮ, ਕੀ ਹਾਲ ਚਾਲ ਹੈ ਜੀ? ਸਭ ਦੋਸਤਾਂ ਦਾ ਠੀਕ ਠਾਕ ਹੋ, ਖੈਰ ਖਰੀਦ ਦੇ ਨਾਲ ਹੋ। ਦੋਸਤੋ, ਮੈਂ ਕਾਫੀ ਦੇਰ ਬਾਅਦ ਲਾਈਵ ਆਏ ਹਾਂ। ਕੁਛ ਮੁਹਰਮ ਹਰਾਮ ਸੀ ਔਰ ਕੁਛ ਗਰਮੀ ਇਤਨੀ ਪੈ ਰਹੀ ਹੈ, ਕਬੂਤਰਬਾਜ਼ੀ ਦੇ ਹਾਲਾਤ ਉਹ ਵਾਕਿਆ ਬੜੇ ਪਰੇਸ਼ਾਨ ਨੇ। ਗਰਮੀ ਬਹੁਤ ਪੈ ਰਹੀ ਹੈ ਦਫਾ, ਅਤੇ ਇਸ ਟਾਈਮ ਲਾਈਵ ਆਏ ਹਾਂ ਐਮਰਜੈਂਸੀ। ਸਾਡੇ ਬੜੇ ਫੈਸਲਾਬਾਦ ਦੇ ਮਹੱਤਵਰ ਸ਼ਖਸੀਅਤ, ਬੜਾ ਅੱਛਾ ਇੱਕ ਨਾਮ ਔਰ ਕਬੂਤਰਬਾਜ਼ੀ ਦੇ ਬੜੀ ਪਹਿਚਾਣ ਹੈ ਮਾਸ਼ਾਅੱਲਾ ਉਹਨਾਂ ਦੀ। ਉਹਨਾਂ ਦੇ ਬ੍ਰੀਡਿੰਗ ਸੈਟਅਪ ਤੋਂ ਇੱਕ ਦਫਾ ਪਹਿਲੇ ਮੈਂ ਲਾਈਵ ਆਇਆ ਸੀ ਕਾਫੀ ਦੇਰ ਪਹਿਲੇ, ਅਤੇ ਕਾਫੀ ਦੋਸਤਾਂ ਨੇ ਲਾਈਕ ਕੀਤੇ, ਉਹਨਾਂ ਦੇ ਚੰਦ ਜੋੜੇ ਨੇ ਔਰ ਬਹੁਤ ਹੀ ਸ਼ਾਨਦਾਰ ਮਾਸ਼ਾਅੱਲਾ ਸੈਟਅਪ ਹੈ। ਔਰ ਮਦੀਨੇ ਵਾਲੇ ਟੈਡੀ ਬੜੇ ਮਸ਼ਹੂਰ ਨੇ ਔਰ ਬੜੇ ਵਜ਼ਾਹਤ ਆਈ, ਬੜੇ ਲੋਕਾਂ ਦੇ ਫੋਨ ਆਏ ਉਸਤਾਦ ਹਾਫਿਜ਼ ਜਵੇਦ ਸਾਹਿਬ ਨੂੰ ਵੀ ਔਰ ਮੈਨੂੰ ਵੀ ਕਿ ਕਬੂਤਰਾਂ ਦੇ ਕਰੀ ਫਿਰ ਕਦੀ ਸ਼ੌਕ ਕਰਾਓ। ਚੱਲ ਅਚਾਨਕ ਮੈਂ ਆਇਆ ਸੀ ਉਸਤਾਦ ਸਾਹਿਬ ਕੋਲ, ਅਤੇ ਦੁਬਾਰਾ ਫਿਰ ਬਾਈਪਾਸ 'ਤੇ ਪੂਲ ਬਣਾਇਆ ਉਸਤਾਦ ਰਾਣਾ ਸਹੀ ਸਾਹਿਬ ਨੇ, ਉੱਥੇ ਹੀ ਕਵਰੇਜ ਕਰਕੇ ਆਏ। ਕੋਈ ਡਰੋਨ ਸ਼ੋਨ 'ਤੇ ਸ਼ੋਟ ਲੈਣੇ ਸੀ, ਐਡ ਬਣਾਉਣੀ ਸੀ, ਉਹ ਐਡ ਬਣਾ ਕੇ ਚਾਰ ਸਾਹਿਬ ਵਾਲਾਂ ਕੇ ਚਾਹੁੰਦੇ ਆਓ ਜੀ, ਅੱਜ ਤੁਹਾਨੂੰ ਮੇਰੇ ਵੱਲ ਵੀ ਸ਼ੌਕ ਕਰਾਈਏ ਦੁਬਾਰਾ। ਕੁਛ ਜ਼ਿਆਦਾ ਨਹੀਂ, ਕੋਈ ਚਾਰ ਪੰਜ ਜੋੜਿਆਂ ਦਾ, ਔਰ ਉਮੀਦ ਹੈ ਜਿਹੜੇ ਚਾਰ ਪੰਜ ਜੋੜਿਆਂ ਦਾ ਮੈਂ ਸ਼ੌਕ ਕਰਾਵਾਂਗਾ ਉਹ ਦੋਸਤਾਂ ਨੂੰ ਬਹੁਤ ਮਜ਼ਾ ਆਏਗਾ। ਦੋਸਤੋ, ਲਾਜ਼ਮੀ ਕਮੈਂਟ 'ਚ ਕਬੂਤਰਾਂ ਦੀ ਵਜ਼ਾਹਤ ਵੀ ਕਰਿਓ, ਦੱਸਿਓ ਵੀ ਕਿ ਵਾਕਈ ਕਬੂਤਰ ਇਸ ਕਾਬਲ ਹੈ ਵੀ ਕਿ ਨਹੀਂ, ਔਰ ਥੋੜ੍ਹੀ ਬਹੁਤ ਗੁਫ਼ਤਗੂ ਕਰਾਂਗੇ ਅਸੂ ਦੇ ਹਵਾਲੇ ਨਾਲ। 2024 ਦੇ ਮਾਸ਼ਾਅੱਲਾ ਅਸੂ ਆ ਗਿਆ, ਔਰ ਇੱਕ ਬ੍ਰੇਕਿੰਗ ਨਿਊਜ਼ ਵੀ ਦੇਣਗੇ ਆਪਾਂ ਸਾਹਿਬ, ਡਿਵੀਜ਼ਨ ਦੇ ਹਵਾਲੇ ਨਾਲ ਅਸੀਂ ਇੱਕ ਕੱਪ ਔਰਗਨਾਈਜ਼ਰ ਕਰਨ ਜਾ ਰਹੇ ਹਾਂ ਉਹਦੇ ਹਵਾਲੇ ਨਾਲ ਵੀ ਇਨਸ਼ਾਅੱਲਾ। ਪਹਿਲੇ ਮੈਂ ਤੁਹਾਨੂੰ ਜੋੜੇ ਇਸ ਲਈ ਦਿਖਾਵਾਂ, ਮਾਸ਼ਾਅੱਲਾ ਮੇਰੇ ਜੋੜੇ ਇਸ ਲਈ ਸ਼ੌਕ ਕਰਾਵਾਂਗੇ ਆਪ ਸਾਹਿਬ। ਥੋੜ੍ਹਾ ਜਿਹਾ ਕੋਈ ਕਬੂਤਰ ਦਾਣਾ ਪਾਣੀ ਕਰ ਰਹੇ ਨੇ ਉਹ ਕਰ ਲੈਣ, ਅਤੇ ਫਿਰ ਕਬੂਤਰ ਹੱਥ ਪਕੜ ਕੇ ਮਦੀਨੇ ਵਾਲੇ ਟੈਡੀ ਔਰ ਦੂਸਰੇ ਕਬੂਤਰਾਂ ਦਾ ਸ਼ੌਕ ਕਰਾਵਾਂਗੇ। ਮਦਾ ਜੇ ਮਾਸ਼ਾਅੱਲਾ ਇਹਦੇ ਨਾਲ ਜੀ। ਮੁਹੰਮਦ ਅਲੀ ਬਾਈ, ਚਾਂਦ ਬਾਈ, ਕੈਸਰ ਬਾਈ, ਵੈਲਕਮ ਜਨਾਬ, ਵੈਲਕਮ ਹੋ ਗਿਆ। ਇਹ ਪਹਿਲਾ ਜੋੜਾ ਜੀ, ਔਰ ਦੂਸਰਾ ਜੋੜਾ। ਜਿਹੜੀ ਮੋਸਟ ਫੇਵਰੇਟ ਕਬੂਤਰ ਨੇ ਹਾਫਿਜ਼ ਸਾਹਿਬ ਦੇ ਉਹ ਮਦੀਨੇ ਵਾਲੇ ਨੇ, ਮਦੀਨੇ ਵਾਲੇ ਟੈਡੀ ਕਬੂਤਰ ਨੇ ਮਾਸ਼ਾਅੱਲਾ। ਉਹ ਕਬੂਤਰਾਂ ਨੂੰ ਵੀ ਸ਼ੌਕ ਕਰਾਵਾਂਗੇ। ਐ ਲਾ ਠੀਕ ਹੈ, ਦੇਖੋ ਜੀ ਮਾਸ਼ਾਅੱਲਾ। ਹਾਫ ਸਾਹਿਬ ਕੋਲ ਜਦੋਂ ਮੈਂ ਪਹਿਲੇ ਆਇਆ ਸੀ ਉਦੋਂ ਬੜੇ ਕਸਰਤ ਤਾਦਾਦ ਨਾਲ ਜੋੜੇ ਸੀ, ਹੁਣ ਬੜੇ ਥੋੜ੍ਹੇ ਜੋੜੇ ਨੇ, ਲੇਕਿਨ ਜੋੜੇ ਬਹੁਤ ਆਨੇ ਮਾਸ਼ਾਅੱਲਾ, 32 ਜੋੜੇ ਨੇ ਹਲੇ, ਅਤੇ ਉਹ ਵੀ ਬਹੁਤ ਨਯਾਬ ਨੇ ਮਾਸ਼ਾਅੱਲਾ। ਕਿਹ ਜੋੜਾ ਸਰ? ਮਦੀਨੇ ਵਾਲੇ ਟੈਡੀ ਕਿਹੜੇ ਕਿਹੜੇ ਪਾਸੇ ਨੇ? ਪਰਲੇ ਪਾਸੇ ਉਹ ਕਿੱਧਰ ਨੇ? ਹੈ ਲਈ ਮਾਸ਼ਾਅੱਲਾ ਕਰੇ
ਜ਼ਾਹਿਦ ਭਾਈ ਅਤੇ ਜਮਲ ਭਾਈ ਵੈਲਕਮ ਹੋ ਗਿਆ ਜਨਾਬ, ਹਰਸ਼ੀ ਭਾਈ ਵੈਲਕਮ ਹੋ ਗਿਆ, ਇਹ ਨਰ ਲਾਇਆ ਜੀ ਮਾਸ਼ਾਅੱਲਾ। ਉਹ ਦੇਖੋ ਜੋ ਦੋ ਮਾਂ ਪਿਓ ਚਿੱਟੇ ਨੇ ਲੇਕਿਨ ਬੱਚਾ ਸਾਰਾ ਕੱਢਿਆ ਮਾਸ਼ਾਅੱਲਾ। ਇਹ ਵੀ ਪੁੱਛਾਂਗੇ ਆਪ ਸਭ ਕੋ, ਲੱਖ ਕਿਹੜਾ ਸਾ ਜੀ? ਸਰ ਮੈਂ ਪੁਰਾਣੇ ਕਿਸੇ ਦਾ ਨਾਮ ਲੈਣਾ, ਮੈਂ ਗਿਫਟ ਆਇਆ ਸੀ ਉਹਦੇ ਕੋਲ। ਮਾਦੀ ਹੈ ਜੀ, ਫਿਰੋਜ਼ਪੁਰੀ ਮਾਦੀ, ਮਾਸ਼ਾਅੱਲਾ ਸ਼ੌਪ ਕਰੋ ਜੀ। ਅਤੇ ਗੋਲਡਨ ਨਰ ਸਾ ਜੀ, ਗੋਲਡਨ ਨਰ ਅਤੇ ਫਿਰੋਜ਼ਪੁਰੀ ਮਾਦੀ, ਮਾਸ਼ਾਅੱਲਾ ਬੜਾ ਅੱਛਾ ਰਿਜ਼ਲਟ ਹੈ ਜੀ। ਅਫਸਰ ਦੱਸ ਰਹੇ ਨੇ ਰਾਣਾ ਸਾਹਿਬ ਝੰਗ ਰੋਡ ਵਾਲੇ, ਜੰਗਲੀ ਕਬੂਤਰ ਬੜੇ ਮਸ਼ਹੂਰ ਹੋਣਾ ਆਪਣੀ ਬੱਸ ਹੋ ਗਈ। ਹਜੋ ਅਰਿਸ ਤਾਜੀ ਹੋ ਜਾਓ ਫਰਕ, ਖਲੀਫਾ ਗੋਸ਼ਾ ਮਾਸ਼ਾਅੱਲਾ ਗੁਲਾਮਾਬਾਦ ਸਾਡਾ ਭਾਈ ਚੈਂਪੀਅਨ ਹੋਇਆ, ਜੇਠ 2024 ਦਾ ਚੈਂਪੀਅਨ ਵੀ ਹੋਇਆ। ਉਹਦੇ ਘਰ ਦੇ ਕਬੂਤਰ ਨੇ ਆਈ ਐਸ ਐਲ, ਉਹ ਕਬੂਤਰ ਮਾਸ਼ਾਅੱਲਾ ਨਰ ਅਤੇ ਮਦੀਨੇ ਵਾਲੀ ਮਾਦੀ ਹੈ ਨਾਲ, ਬਹੁਤ ਵੱਡਾ ਜੋੜਾ ਮਾਸ਼ਾਅੱਲਾ ਜੀ ਹੈ ਵੀ। ਜੀ ਫੜ ਫੜੋ ਇਹਨੂੰ, ਸ਼ੌਕ ਕਰੀਏ। ਕਿੰਨੇ ਜੋੜੇ ਰਹਿ ਗਏ? ਦੋ ਜੋੜੇ ਰਹਿ ਗਏ, ਪਾਓ ਪਾਓ। ਸਰ ਇਹਦੀ ਮਾਦੀ ਕਿੱਥੇ ਜੀ? ਮਾਸ਼ਾਅੱਲਾ ਦੇਖੋ, ਟੈਡੀ ਸਲਾਰਾ ਨਾ ਜੀ, ਟੈਡੀ ਹੈ ਕਿਹੜਾ ਜੀ? ਚੀਨੇ ਜੀ, ਸੇਬੇ ਵਾਲੇ ਜੀ, ਚੀਨੇ ਕਬੂਤਰ ਉਸਤਾਦ ਹਾਫਤ ਜਵੇਦ ਸਾਹਿਬ ਦੇ ਨਾਲ, ਉਹਦਾ ਮਾਸ਼ਾਅੱਲਾ ਇੱਕ ਬੱਚਾ ਪੂਰਾ ਤਿਆਰ ਹੈ। ਜ਼ਾਹਿਦ ਭਾਈ ਪਿਕਚਰ ਕੁਆਲਿਟੀ ਠੀਕ ਆ ਰਹੀ ਹੈ?
ਦੇਖੋ ਜੀ ਮਾਸ਼ਾਅੱਲਾ ਕਬੂਤਰ ਜੀ ਸੋਨੇ ਦੀ ਰਿੰਗਾ ਪੈ ਦੇ ਪੈਰ ਚ ਨੇ ਸੋਨੇ ਦੀ ਰਿੰਗਾ ਨਾ ਸਤਾ ਜੀ ਸੋਨੇ ਦੀ ਰਿੰਗਾ ਕਬੂਤਰ ਜੀ ਪੈਰ ਚ ਹਾਂਜੀ ਗੋਸ਼ੇ ਵਾਲੇ ਜੀ ਮਾਸ਼ਾਅੱਲਾ ਆਈ ਐਸ ਆਈ ਕਬੂਤਰੀ ਹੈ ਸੋਨੇ ਵਾਲਾ ਜੋੜਾ ਦਾ ਨਾਮ ਹੈ ਜੀ ਸੋਨੇ ਦੀ ਕੜੀਆਂ ਮਾਸ਼ਾਅੱਲਾ ਪਾਈਆਂ ਚਲਾ ਗਿਆ ਬਾਹਰ ਚਲੋ ਜੀ ਤੁਸੀਂ ਸਤਾ ਜੀ ਹੋ ਗਏ ਨੇ ਵਿਹਲੇ ਹੁਣ ਕਬੂਤਰਾਂ ਦਾ ਸ਼ੌਕ ਕਰਦੇ ਮੈਂ ਜੀ ਆਪਣਾ ਖਰੀਫ ਵਾਲਾ ਕਬੂਤਰ ਆਈ ਐਸ ਆਈ ਅਸਲਾਮ ਵਾਲੇਕਮ ਦੋਸਤੋ ਕੀ ਹਾਲ ਹੈ ਹਾਂਜੀ ਸਰ ਜੀ ਕੀ ਹਾਲ ਹੈ ਠੀਕ ਹੋ ਖਰੀਏ ਤੇ ਸਰ ਜੀ ਇੱਧਰਲੀ ਸਾਈਡ ਤੇ ਪਿੱਛੇ ਧੁੱਪ ਆ ਰਹੀ ਹੈ ਇੱਥੇ ਆ ਦੇਖੋ ਜਲੀ ਭਾਈ ਔਰ ਆਈ ਐਸ ਆਈ ਕਬੂਤਰ ਲੋ ਦੋਸਤੋ ਮਾਸ਼ਾਅੱਲਾ ਆਈ ਐਸ ਆਈ ਕਬੂਤਰ ਸ਼ੋ ਕਰੋ ਸਰ ਪੜ ਕੇ ਰੱਖਣਾ ਫੋਨ ਨਹੀਂ ਚੁੱਕਣਾ ਹੁਣ ਸਰ ਜੀ ਬੱਚੇ ਦਾ ਕੀ ਰਿਜ਼ਲਟ ਹੈ ਜੀ ਉਹ ਕੋ ਬਹੁਤ ਛੋੜ ਹੋਇਆ ਇੱਥੇ ਰੱਖੋ ਸਰ ਜੀ ਇੱਥੇ ਵਾਲਕੁਮ ਸਲਾਮ ਕਸ਼ਿਪ ਭਾਈ ਠੀਕ ਹੋ ਜਨਾਬ ਖਰੀਏ ਤਾਂ ਸਿਹਤ ਠੀਕ ਹੈ ਬਹੁਤ ਜੀ ਮਾਸ਼ਾਅੱਲਾ ਕੁੰਦੇ ਦਾ ਸ਼ੌਕ ਕਰੋ ਸਾਡਾ ਗੋਸ਼ਾ ਵੀ ਚੀਰ ਲੱਗਾ ਤੇ ਕੁੰਦੇ ਵੀ ਦੇਣਗੇ ਮਾਸ਼ਾਅੱਲਾ ਜੀ ਸੋਹਣਾ ਜੀ ਵਹਾਂ ਪੇ ਜੀ ਕਾਸ਼ਿਪ ਭਾਈ ਹਾਫਿਜ਼ ਸਾਹਿਬ ਕੇ ਸ਼ਾਗਿਰਦ ਹੈ ਕਾਸ਼ਿਪ ਭਾਈ ਮੈਂ ਜੀ ਅਸਲ ਚੈਂਪੀਅਨ ਹੋ ਗਿਆ ਨਹੀਂ ਖਸੂਰ ਚ ਖਸੂਰ ਮੇ ਵੀ ਹੈ ਜੀ ਰੰਗ ਨਹੀਂ ਨਹੀਂ ਆਪਣਾ ਕਾਸ਼ਿਪ ਭਾਈ ਚਨੋਟ ਤੋਂ ਸਲਾਮ ਦੇ ਰਹੇ ਜੀ ਤੁਹਾਨੂੰ ਵਾਲੇਕਮ ਸਲਾਮ ਕਾਸ਼ਿਪ ਚਨੋਟੀ ਸਾਹਿਬ ਅੱਛਾ ਕਾਸ਼ਿਪ ਚਨੋਟੀ ਅੱਛਾ ਭਾਈ ਕੀ ਹਾਲ ਹੈ ਸਤਾ ਜੀ ਸਿਰਫ ਹੱਥ ਪਕੜ ਕੇ ਲਿਆਓ ਕਬੂਤਰ ਕਬੂਤਰ ਪਕੜਨਾ ਹੁਣ ਅੱਗੇ ਲੋ ਸਤਾ ਜੀ ਮਾਸ਼ਾਅੱਲਾ ਗੋਸ਼ਿਪ ਭਾਈ ਦਾ ਕਬੂਤਰ ਆਈ ਐਸ ਕਬੂਤਰ ਬਹੁਤ ਆਲਾ ਆਈ ਐਸ ਆਈ ਹੁਣ ਫੜੋ ਮਦੀਨੇ ਵਾਲੇ ਰੰਗ ਲਗਾ ਦੇਖ ਲਓ ਜੀ ਮਾਸ਼ਾਅੱਲਾ ਮੇਰੀ ਰੋੜੀ ਬਹੁਤ ਆਲਾ ਇਹ ਜੀ ਮਦੀਨੇ ਵਾਲੀ ਪੱਠੀ ਮੇਰੇ ਘਰ ਦੀ ਅਫ ਸਾਹਿਬ ਦੀ ਇਹਦਾ ਮਾਂ ਪਿਓ ਕਿੱਥੇ ਜੀ ਹੈਗਾ ਜੀ ਪਾਕ ਤੋਂ ਸ਼ੁਰੂ ਕਰੋ ਸਰ ਜੀ ਅੱਖ ਤੋਂ ਦੇਖ ਲੈ ਪਹਿਲਾਂ ਪਰ ਦਿਖਾ ਦੇ ਯਾਰ ਬਾਹਰੇ ਪਰ ਦੇਖੋ ਜੀ ਮਾਸ਼ਾਅੱਲਾ ਪਹਿਲੇ ਤੂਫਾਨ ਆਇਆ ਸਾਹਮਣੇ ਆ ਗਈ ਮੀਂਹ ਨੇ ਰਹੀ ਹੈ ਤੂਫਾਨ 'ਚ ਬੈਠੀ ਬਦਲ ਆ ਕੇ ਤੁਸੀਂ ਨੀਚੇ ਆ ਗਈ ਇੰਨੇ ਅਕਲਮੰਦ ਮੈਂ ਕਬੂਤਰ ਬਹੁਤ ਘੱਟ ਦੇਖੇ ਆਪਣੀ ਜ਼ਿੰਦਗੀ 'ਚ ਜਿਹੜੇ ਸਮਾਧੀ ਚੱਕ ਲਾ ਮਾਸ਼ਾਅੱਲਾ ਮਾਸ਼ਾਅੱਲਾ ਕੁੰਦਾ ਹੀ ਬਹੁਤ ਆਲਾ ਸਰ ਜੀ ਇਹਦਾ ਪਰ ਕੋਲ ਫੈਸਲਾਬਾਦ 'ਚ ਕਾਪੜ ਆਇਆ ਸੀ ਜੀ ਲੋਕਾਂ ਦਾ ਕਬੂਤਰ ਬਹੁਤ ਆਇਆ ਸੀ ਉਹ 15 ਕਬੂਤਰ ਵਾਲਾ ਹਾਂਜੀ ਅਤੇ ਬੈਠੀ ਸੀ 3:45 ਲੋ ਜੀ ਮਦੀਨੇ ਵਾਲੀ ਟੈਡੀ ਗੇਟ ਦੇ ਵਿੱਚ ਪੱਠੀ ਦਾ ਸ਼ੌਕ ਕਰੋ ਮਾਸ਼ਾਅੱਲਾ ਓਕੇ ਫਿਰ ਹੁਣ ਪਕੜਨ ਅੱਗੇ ਰੰਗ ਲਗਾ ਦੇ ਲਿਆ ਸਭ ਜੁੜੀ ਸੀ ਬੜਾ ਆਖ ਮੈਂ ਕਿਹਾ ਨਹੀਂ ਯਾਰ ਬਿਮਾਰ ਸੀ ਬਿਮਾਰੀ ਕਾਫੀ ਉੱਡਦੀ ਰਹੀ ਮੈਂ ਨਹੀਂ ਪਾਈ ਕਿਸੇ ਕੰਮ 'ਚ ਪਕੜ ਕੇ ਲਿਆਓਗੇ ਜ਼ਰਾ ਲੋ ਜੀ ਮਾਸ਼ਾਅੱਲਾ ਓਕੇ ਐਡਜਸ ਪੱਠੀ ਦਾ ਬਾਪ ਮਦੀਨੇ ਵਾਲਾ ਹਾਂਜੀ ਉਹ ਜੀ 40 ਨੰਬਰ ਕਬੂਤਰ ਹੈ ਮੇਰਾ ਹੁਣ 3 ਨੰਬਰ ਕੜੀ ਬਾਤ ਹੈ ਕਬੂਤਰ ਵੱਡਾ ਮਦੀਨੇ ਵਾਲੇ ਕਬੂਤਰ ਦਾ ਸ਼ੌਕ ਕਰੋ ਜੀ ਮਾਸ਼ਾਅੱਲਾ
39 ਨੰਬਰ ਕਬੂਤਰ ਉਸਤਾਦ ਦਾ ਵੱਡਾ ਮਦੀਨੇ ਦਾ ਸਰ ਜੀ ਇੱਥੇ ਰੱਖੋ ਲਾ ਦੋਸਤੋ ਮਾਸ਼ਾਅੱਲਾ ਪਰ ਦੇਖੋ ਓਕੇ ਪੰਜੇ ਦੇਖੋ ਜੀ ਮਾਸ਼ਾਅੱਲਾ ਡਾਰਕ ਪਿੰਕ ਪੰਜੇ ਨੇ ਅਲੀ ਭਾਈ ਦੇਖੋ ਮੇਰਾ ਸ਼ਹਿਜ਼ਾਦਾ ਬਹੁਤ ਅੱਲਾ ਸਰ ਚਾਰ ਨੰਬਰ ਟੈਡੀ ਮਦੀਨੇ ਵਾਲੇ ਹਾਂਜੀ ਦੇਖੋ ਦੋਸਤ ਹਲੇ ਵੀ ਇੰਨੇ ਚੰਗੇ ਹੋਣਗੇ ਇਹਨਾਂ ਕੋਲ ਬੇਟਾੜੀ ਦੋਸਤ ਮਾਸ਼ਾਅੱਲਾ ਸ਼ੌਕ ਕਰੋ ਸਕੂਟਰ ਦਾ ਮਜ਼ਾ ਆ ਜਾਏਗਾ ਇੱਥੇ ਉੱਪਰ ਦੇਖੋ ਮਸ਼ਹੂਰ
ਬਹੁਤ ਅਲਸਤਾ ਜੀ, ਸਾਹਮਣੇ ਲੈ ਕੇ ਸਿਰਫ ਸਾਹਮਣੇ ਲੋ ਜੀ ਸਾਡੇ ਜੁਗਨ ਕਬੂਤਰ ਦਾ ਸ਼ੌਕ ਕਰੋ। ਪਰ ਦੇਖੋ ਕੂਤ ਸਾਰੇ ਝਾੜੇ ਨੇ, ਲੇਕਿਨ ਬਗਲਾਂ ਪਰ ਬਹੁਤ ਹੀ ਸ਼ਾਨਦਾਰ ਮਾਸ਼ਾਅੱਲਾ। ਦੇਖੋ ਜੀ ਮਾਸ਼ਾਅੱਲਾ ਕਬੂਤਰ ਦੀ ਖੂਬਸੂਰਤੀ। ਮੁੰਡਿਆਂ ਕੋ ਤੇ ਲੈ ਕੇ ਨਾ ਇਹਨੂੰ 92 ਦੇ ਵਿੱਚੋਂ ਆਪਣਾ 31 ਤੇ 15 ਕੱਟ ਕੇ 92 ਬੰਦਾ ਮੇਰਾ ਖਿਆਲ ਚੈੱਕ ਕਰ। ਲੋ ਜੀ ਜਿਹੜੇ ਕਬੂਤਰ ਪਹਿਲੇ ਸ਼ੋਕ ਕਰਾ ਰਹੇ ਸੀ ਤੁਹਾਨੂੰ, ਇਹ ਪੇਰ ਮਾਸ਼ਾਅੱਲਾ ਪੂਰਾ ਡਿਵੀਜ਼ਨ ਦਾ ਵੀ ਐਲਾਨ ਕਰ ਦਿਓ ਬਸ, ਠੀਕ ਆ। 2024 ਜੇਠ ਅੱਸੂ ਆ ਰਿਹਾ, ਉਹਦੇ ਹਵਾਲੇ ਨਾਲ ਕੋਈ ਆਫਸਾ ਐਲਾਨ ਕਰਨ ਲੱਗੇ ਨੇ ਜੀ। ਉਸਤਾਦ ਜੀ ਕੀ ਹਾਲ ਨੇ, ਠੀਕ ਹੋ? ਇਨਸ਼ਾਅੱਲਾ ਤਾਲਾ ਬੋਸ ਅਲੀ ਸ਼ਾਮੀ ਮੀਡੀਆ ਵਰਾਈਜ਼ਰ ਫੈਸਲਾਬਾਦ ਯੂਨੀਅਨ ਦਾ ਜੀ, ਇਨਸ਼ਾਅੱਲਾ 2024 ਅੱਸੂ ਦਾ ਡਿਵੀਜ਼ਨ ਫੈਸਲਾਬਾਦ ਕੱਪੜਾ ਆ ਰਹੇ ਨੇ ਅਤੇ ਇਨਸ਼ਾਅੱਲਾ ਅਲੀ ਬਾਈ ਤੁਹਾਡਾ ਨਾਮ, ਮੈਂ ਆਪਣੇ ਦੋਸਤ ਟੋਬੇ ਗੋਜਰਾ ਚੰਗੋ ਤੁਹਾਡਾ ਨਾਲ ਮੁਲਾਕਾਤ ਕਰਾਵਾਂਗਾ। ਇਨਸ਼ਾਅੱਲਾ ਤੁਹਾਨੂੰ ਸੁਣਦੇ ਤਾਂ ਹੁੰਦੇ ਨੇਗੇ ਅਤੇ ਫੈਸਲਾਬਾਦ 'ਚੋਂ ਵੀ ਇਨਸ਼ਾਅੱਲਾ ਆਪਾਂ ਤੁਹਾਡੇ ਨਾਲ ਪੂਰਾ ਤਾਵਾਂ ਕਰਾਵਾਂਗੇ ਇਨਸ਼ਾਅੱਲਾ ਤਾਲਾ। ਬਹੁਤ ਸ਼ੁਕਰੀਆ ਸਾਡੇ ਡਿਵੀਜ਼ਨ ਫੈਸਲਾਬਾਦ ਇਨਸ਼ਾਅੱਲਾ ਤਾਲਾ, ਮੈਂ ਗੱਲ ਆਦਮੀ ਕਰਾਂਗਾ ਆਪਣੇ ਵੱਡਿਆਂ ਨਾਲ ਅਤੇ ਤੁਹਾਨੂੰ ਆਪਣੇ ਜਿਹੜਾ ਡਿਵੀਜ਼ਨ ਖਾਵਾਂਗੇ ਨਾ ਆਪਣੇ ਫੈਸਲਾਬਾਦ ਨੂੰ ਅੰਦਰ ਖਾਵਾਂਗੇ ਇਨਸ਼ਾਅੱਲਾ ਤਾਲਾ। ਠੀਕ ਹੋਊਗਾ ਜੀ, ਬਹੁਤ ਸ਼ੁਕਰੀਆ ਜੀ। ਮੈਂ ਜੀ ਉਸਤਾਦ ਆਫਤ ਜਵੇਦ ਸਾਹਿਬ ਨੇ ਇੱਕ ਬ੍ਰੇਕਿੰਗ ਨਿਊਜ਼ ਦਿੱਤੀ ਦੋਸਤਾਂ ਨੂੰ। ਕੋਸ਼ਿਸ਼ ਕਰਾਂਗੇ ਅਸੀਂ ਇਨਸ਼ਾਅੱਲਾ ਤਾਲਾ 20 ਰੱਖੀਏ ਜਾਂ 27 ਡੇਟ ਰੱਖੀਏ ਪੰਜਾਬ ਦੇ ਨਾਲ ਹੀ, ਅਸੀਂ ਫੈਸਲਾਬਾਦ ਨਾਲ ਗੱਲ ਕੀ ਆ
ਦੇਖੋ ਆਪਾਂ ਦੋਸਤ ਪੰਜਾਬ ਦੀ ਤਾਂ ਗੱਲ ਕਰਦੇ ਹਾਂ, ਸਾਡੇ ਬਹੁਤ ਘੱਟ ਰਲਦੇ ਨੇ ਫੈਸਲਾਬਾਦ ਚੋਂ ਦੋਸਤ, ਇਨਸ਼ਾ ਤਾਲਾ। ਲੇਕਿਨ ਸਰ ਜੀ ਜੇਠ 2024 ਚ ਮਾਸ਼ਾਅੱਲਾ 3-4 ਛੱਤਾਂ ਗਈਆਂ ਪੰਜਾਬ ਚ, ਫੈਸਲਾਬਾਦ ਦਾ ਨਾਮ ਕੱਢਿਆ।